ਜੱਜ ਨੇ ਤੇ ਪਿਓ ਨੂੰ ਫਾਂਸੀ ਦੇ ਦਿੱਤੀ ਬਾਹਰ ਆ ਕੇ ਨਾ ਸੈਲਫੀਆਂ ਲੈ ਰਹੇ ਐਸਐਸਸੀ ਕਰ ਤੁਹਾਡੀ ਬਾਂਦਰੀ ਨੂੰ ਲੱਛਾ ਲੈ ਕੇ ਆਏ ਆ ਉਹਨੂੰ ਕੋਈ ਭੁੱਖ ਲੱਗੀ ਆ ਨਹੀਂ ਲਾਣੀ ਪੈ ਜਾ ਉਹ ਦੇਖੋ ਅੱਛਾ ਉਹ ਭਾਈ ਇਹ ਬਾਂਦਰ ਪੈਂਦਾ ਵਾ ਤੂੰ ਮੇਰੇ ਝਾਟੇ ਬਟਵਾਲੇ ਬੰਦ ਵਾਵਾ ਤੁਹਾਡਾ ਸਸਤੀ ਚਚੁੰਦਰ ਵਰਗਾ ਉਹ ਹਾਰ ਗਈ ਏਡੀ ਜਲਦੀ ਦਿਲ ਮੇਰਾ ਬੋਲੇ ਘੜੀ ਘੜੀ ਤੂੰ ਦਿਲ ਦੀ ਜਾਨੀ ਹੈ ਬੋਲੇ ਸਾਰੀ ਦੁਨੀਆ ਨੇ ਤੂੰ ਮੈਥੋਂ ਚਾਨੀ ਹੈ ਆ ਜਾ ਨੀ ਬਹਿ ਜਾ ਸਾਈਕਲ ਤੇ ਆ ਜਾ ਨੀ ਬਹਿ ਜਾ ਸਾਈਕਲ अस्सलाम वालेकुम नाज़रीन, मैं आपकी मेज़बान अबीरा खान और सिटी प्रोग्राम में वेलकम हो गया आप सबका। नाज़रीन आज मैं बटी मार्केट आईयां आ गईयां सवाल लेके इतने लोगों ने मैं तंग भी करांगी सवाल भी करांगी। चलो चलते हैं अपन लोगों वाले। अस्सलाम वालेकुम। वालेकुम अस्सलाम। की करना है तुस मार्केट? असी शॉपिंग करना है मार्केट च। की खरीदया तुसी? असी माशाल्लाह इतों ठंडियां हवावां खरीद लीतियां, अच्छा मौसम खरीद लीता, अपने बच्चियां दीयां खुशियां खरीद लीतियां। क्या हो गया ते बंदे वास्ते कुछ नहीं खरीदया? वाई नॉट, क्यों नहीं खरीदया? उहदे वास्ते ढेर सारी लंबी लिस्ट खरीदी कि भई ऐ सानूं लै के देना ही है, अभी लै के देना ही है, अभी लै के देने, और माशाल्लाह उन्हें लै के भी देना। वधिया भैया, खुशकिस्मत औरतां इंज दीयां। अच्छा तुहाडे व्याह नूं किन्नी देर हो गई? माशाल्लाह आई थिंक 25 ईयर्स। कैन वी स्पीक इंग्लिश? हाँ जी मैं बोल सकती पर तुम्हारे पल्ले नहीं पैनी है, याद रखियो। स्पीक पूछिया, लिसन पूछिया। हाँ जी, ਤੁਹਾਡੇ ਪੱਲੇ ਨਹੀਂ ਪੈਣੀ। ਓਕੇ ਜੀ, ਫਿਰ ਮੈਂ ਬੋਲਣੀ ਸ਼ੁਰੂ ਕੀਤੀ। ਸਾਨੂੰ ਇਜਾਜ਼ਤ ਦਿਓ, ਤੁਸੀਂ ਨਾ ਬੋਲੋ, ਤੁਸੀਂ ਬੋਲ ਸਕਦੇ, ਤੁਸੀਂ ਇਹ ਨਹੀਂ ਬੋਲਦੇ ਸਾਨੂੰ ਸਮਝਾਇਆ। ਅੱਛਾ 25 ਸਾਲ ਹੋ ਗਏ ਇੱਕ ਬੰਦੇ ਨਾਲ ਜ਼ਿੰਦਗੀ ਗੁਜ਼ਾਰਦੇ, ਗੁਜ਼ਰ ਜਾਂਦੀ ਆ ਇਨਸ਼ਾਅੱਲਾ, ਅਗਲੇ 7 ਜਨਮ ਵੀ ਉਹਦੇ ਨਾਲ ਕਰਨ ਦਾ ਇਰਾਦਾ। ਤੁਸੀਂ 5 ਤਰੀਫਾ ਕੋਈ ਖਾਸ ਗੱਲਾਂ ਦੱਸੋ ਆਪਣੇ ਬੰਦੇ ਦੀ। ਕੈਨ ਆਈ ਟੇਕ ਇਟ? ਮੇਰਾ ਬੰਦਾ ਨਾ ਬਹੁਤ ਕੋਆਪਰੇਟਿਵ ਹੈ, ਬਹੁਤ ਵੱਡੇ ਦਿਲ ਦਾ, ਬੜਾ ਸਹੀ ਹੈ, ਔਰ ਮੈਂ ਜ਼ਿੰਦਗੀ 'ਚ ਜਿਹੜੇ ਵੀ ਕੰਮ ਨੂੰ ਹੱਥ ਲਾਇਆ ਪਾਇਆ ਡਿਮਾਂਡ ਕੀਤੀ ਹੈ ਉਹਨੇ ਉਹਦੀ ਜੇਬ ਇਜਾਜ਼ਤ ਅਤੇ ਮਾਸ਼ਾਅੱਲਾ ਦਿੰਦੀ ਸੀ, ਫਿਰ ਵੀ ਮੈਨੂੰ ਅਲਾਓ ਕੀਤਾ, ਔਰ ਆਈ ਐਮ ਵੈਰੀ ਹੈਪੀ ਵਿਦ ਹਿਮ। ਤੁਹਾਡੀ ਧੀ ਹੱਸੀ ਇਸ ਗੱਲ 'ਤੇ? ਹਾਂ, ਮੇਰੀ ਧੀ ਤਾਂ ਮੇਰੀ ਹਰ ਗੱਲ 'ਤੇ ਹੱਸਦੀ। ਝੂਠ ਤਾਂ ਨਹੀਂ ਬੋਲਿਆ? ਉਹ ਦੇਖੋ ਕਹਿੰਦੀ ਝੂਠਾ ਝੂਠਾ। ਨਹੀਂ ਝੂਠ ਤਾਂ ਲੱਗਦਾ ਸ਼ਕਲੋਂ, ਕਦੇ ਪਿਓ ਨੂੰ ਜਿਹੜੇ ਹੁਲੀਏ 'ਚ ਰੱਖਿਆ ਉਹ ਝੂਠ ਹੈ, ਹੋ ਸਕਦਾ ਉਹਦੀ ਮਾਂ ਕੋਲ ਝੂਠ ਬੋਲਦੀ? ਤੁਸੀਂ ਮੈਨੂੰ ਦੱਸੋ ਕਦੀ ਤੁਹਾਨੂੰ ਸ਼ੱਕ ਹੋਇਆ ਆਪਣੇ ਬੰਦੇ 'ਤੇ? ਹਰਬਲਿਸਟ ਕੰਮ ਕਰਨੀ ਆ ਤੇ ਜਿਹੜੀਆਂ ਵਰਕਿੰਗ ਲੇਡੀਜ਼ ਹੁੰਦੀਆਂ ਨਾ ਉਹਨਾਂ ਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ। ਫੇਰ ਵੀ ਹੁੰਦਾ ਨਾ, ਜ਼ਿਆਦਾ ਮੁਹੱਬਤ ਕਰੇ ਨਾ ਬੰਦਾ ਉਹਦੇ ਪਿੱਛੇ ਵੀ ਸ਼ੱਕ ਕਰਨਾ ਚਾਹੀਦਾ, ਕੋਈ ਗੱਲ ਹੁੰਦੀ ਆ? ਮੇਰੀ ਨੇਚਰ ਐਸੀ ਨਹੀਂ। ਨਾ ਭਈਆ, ਇਹ ਨਹੀਂ ਟਾਲਦੇ, ਇਹਨਾਂ ਨੇ ਨਹੀਂ ਸ਼ੱਕ ਕਰਨ ਨਹੀਂ ਆ, ਸ਼ੱਕ ਕਰਨ ਵਾਲੀ ਹੁੰਦੀ ਤੇ ਸ਼ਾਇਦ ਫਿਰ ਹੁੰਦੀ, ਲੇਕਿਨ ਹੈ ਨਹੀਂ। ਅੱਜ ਤੁਸੀਂ ਕਿਹੜਾ ਕੰਮ ਕਰਦੇ ਹੋ? ਮੈਂ ਐਜ਼ ਏ ਹਰਬਲਿਸਟ ਕੰਮ ਕਰਦੀ। ਕੀ ਬਣਾਉਂਦੇ ਹੋ? ਉਹਦੇ 'ਚ ਅਸੀਂ ਆਯੁਰਵੈਦਿਕ ਮੈਡੀਸਨਸ ਪ੍ਰੀਪੇਅਰ ਵੀ ਕਰਨੇ ਆ, ਔਰ ਕੋਈ ਐਸੀ ਮੈਡੀਸਨ ਜਿੰਨਾ ਮੈਂ ਸੋਹਣੀ ਹੋ ਸਕਾਂ। ਇਹ ਮਾਸ਼ਾਅੱਲਾ, ਇਸ ਤੋਂ ਜ਼ਿਆਦਾ ਸੋਹਣੀ ਹੈਗੀ ਤੇ ਪੜ ਜਾਏਗੀ। ਮੈਂ ਚਾਹੁੰਦੀ ਹਾਂ, ਜ਼ਰੂਰਤ ਹੈ, ਤੈਨੂੰ ਚਾਹੁੰਦੇ ਹਾਂ, ਇਹ ਕੰਮ ਨਹੀਂ ਕਰ ਸਕਦੇ। ਚਲੋ ਮੇਰੇ ਸਵਾਲ ਦਾ ਜਵਾਬ ਦੇ, ਤੁਸੀਂ ਸੁਣਾਓ ਕਿਹੜੀ ਸ਼ੈ ਵਾ ਜਿਹੜੀ ਅਸੀਂ ਫ੍ਰਿਜ 'ਚ ਰੱਖੀਏ ਫਿਰ ਵੀ ਗਰਮ ਰਹਿੰਦੀ? ਸਾਲਨ? ਨਹੀਂ, ਸਾਲਨ ਗਰਮ ਮਸਾਲਾ। ਹਾਂਜੀ, ਦੇਖਿਆ ਇਹਨਾਂ ਨੂੰ ਜਵਾਬ ਆ ਗਿਆ, ਕਿੱਡੇ ਖੁਸ਼ ਹੋਏ ਵਰਲਡ ਕੱਪ ਲੈਣਾ ਜ਼ਰਾ। ਅੱਜ ਚਲੋ ਇੱਕ ਵਧੀਆ ਜਿਹਾ ਗਾਣਾ ਸੁਣਾ ਦਿਓ। ਮਿਲੀ ਨਗਮਾ ਸੁਣਾਉਣਾ ਪਸੰਦ ਕਰਾਂਗੀ। ਐ ਪੁੱਤਰ ਹਟਾਂ ਤੇ ਨਹੀਂ ਵਿਕਦੇ, ਕੀ ਲੱਭਦੀ ਫਿਰੇ ਬਾਜ਼ਾਰ ਕੁੜੇ। ਐ ਪੁੱਤਰ ਹਟਾਂ ਤੇ ਨਹੀਂ ਵਿਕਦੇ। ਹਟਾਂ ਦਾ ਮਤਲਬ ਦੱਸ ਦਿਓ। ਹਟਾਂ ਮੀਨਸ ਬਿਗ ਬਿਗ ਇੰਪੋਰੀਅਮਸ ਐਂਡ ਪੈਕੇਜਿਸ ਐਂਡ ਹਟਾਂਸ ਮੀਨਸ ਸ਼ੋਪਿੰਗ ਸੈਂਟਰਸ। ਮੋਲਸ ਨੂੰ ਕਹਿੰਦੇ ਆ? ਉਦੋਂ ਹੁੰਦੇ ਸੀ ਮੋਲਸ, ਉਦੋਂ ਹੁੰਦੇ ਸੀ ਮੋਲ, ਨਹੀਂ ਹੁਣ ਬਣ ਗਏ ਨੇ, ਹੁਣ ਹਟਾਂ ਮੋਲਸ ਬਣ ਗਏ ਨੇ। ਚਲੋ ਤੁਸੀਂ ਮੈਨੂੰ ਕੋਈ ਵਧੀਆ ਜਿਹਾ ਦੋ ਜੁਗਤਾਂ ਮਾਰ। ਇੰਝ ਲੱਗਦਾ ਬੀਰਾ ਖਾਨ ਦੇ ਪ੍ਰੋਗਰਾਮ ਵਿੱਚ ਜਿਵੇਂ ਬੀਰਾ ਖਾਨ ਨੂੰ ਨਾ ਮਾਇਆ ਲਾ ਕੇ ਕੜਾ ਕੇ ਖੜਾ ਕੀਤਾ ਹੁੰਦਾ। ਇੱਕ ਹੋਰ ਬੀਰਾ ਖਾਨ ਦਾ ਪ੍ਰੋਗਰਾਮ ਹੈ ਜਿਵੇਂ ਕਿਸੇ ਮਸਤ ਨੂੰ ਐਂਕਰ ਬਣਾਇਆ। ਚਲੋ ਵਧੀਆ ਹੋ ਗਿਆ, ਹੁਣ ਅਗਰ ਇਜਾਜ਼ਤ ਹੋਵੇ ਤੇ ਇੱਕ ਮੇਰੀ ਵੀ ਬਣ ਗਈ ਹੈ। ਕਿਉਂ ਨਹੀਂ, ਤੇਰੇ ਵੱਲੋਂ ਦੋ ਦੋ ਦੀਆਂ ਵੀ ਤਿੰਨ, ਦਿਲ ਵੱਡਾ ਮੇਰਾ ਸੁਣਨ। ਇੰਨੀ ਆਮਦ ਵੀ ਤਿਆ ਹੈ, ਇੰਨੀਆਂ ਕਹਿ ਦਿੱਤੀਆਂ। ਮਾਸ਼ਾਅੱਲਾ, ਇੰਝ ਵਾਰ ਜਿਸ ਸਾਈਕਲ ਤੇ ਬਰਾਤ ਆਈ, ਪੂਰੀ ਬਰਾਤ ਹੀ ਲੱਗਦੀ ਸਿਹਤਮੰਦ ਨੇ ਨਾ, ਇਸ ਵਾਸਤੇ ਇਹਨਾਂ ਵਾਸਤੇ ਕੋਈ ਜਗਤ ਬਣਦੀ ਆ। ਕੁਛ ਹੋਰ ਕਹਿਣਾ ਚਾਹੁੰਦੇ ਹੋ? ਕੋਈ ਕਮੀ ਰਹਿ ਤਾਂ ਨਹੀਂ ਗਈ?
नहीं नहीं कोई कमी नहीं रहेगी, असं तो यही कहना चाहवांगे अल्लाह ताला ताड़ियां मेहनतां नूं रंग भाग लाए, दिन दुगनी च रात चुगनी तरक्की करो। आमीन आमीन। चाहो तो लोड़ ते छा जाओ। आमीन। शुक्रिया जी। नाजरीन थानू मैं एक अजीब मखलूक नाल मिलांदी आ, ते आप बेचारा छलेडे वर्गा वा ते और एक वाची है परी, छलेडे दी परी दी जोड़ी वेखियो तुसीं ते बड़ा दुखी है। मैं कहा चल हसाई दीए, हुण बीरा आ गई है ते हासे भी ते आने ही आ ना। अस्सलाम जी। वालेकुम सलाम। वीरे की होया? धोखा हो गया। तोता? वीरे कहां तोता आया? नहीं तोता नहीं, धोखा हो गया। अच्छा धोखा, कीरा धोखा हो गया, किसी ने थोड़ी मज खोल ली? नहीं मज नहीं खोल ली, मेरा 6-7 लाख रुपया खा गई है। कौन है, कोई बकरी सी? नहीं नहीं, गर्लफ्रेंड थी मेरी, महबूबा थी मेरी। अच्छा 6 लाख कैंज खा गई, ओ कागज निकल जांदी है? नहीं नहीं, कागज थी मतलब के टाइम टाइम के साथ खा गई, फीसें मैंने उसकी दी, उसको स्कूटी लेके दी, नाम लिखा है उदा परी, ये देखें परी उसका नाम है निकनेम, उसकी मैंने फीसें दी यूनिवर्सिटी। बूटी भी लाके दी थी जेड़े भज गई? नहीं नहीं बूटी नहीं लेके दी, उसको मैंने स्कूटी लेके दी थी, उसकी फीसें भी मैंने दी, 6-7 लाख रुपया लगाया, 4-5 साल का रिलेशनशिप था और अचानक आके जी वो मुझे बस अन्ना कर गई है प्यार में और खुद चली गई है वो। नहीं नहीं कर गई वीरे, तेनों न्योला भी कर गई है, शक्ल माशाल्लाह उंज दी होई जा रही थोड़ी, ते तुसी की खांदे पींदे नहीं कुछ? नहीं मैं खाता हूँ इधर, मैं जी मुझे इधर 12 दिन हो गए हैं, मैं इधर 12 दिन पहले उसने मुझे मिलने बुलाया था इधर लिबर्टी, मैं आया था लेकिन वो नहीं आई, तो मैंने अब डिमांड की हुई है कि वो जब तक इधर नहीं आएगी मैं इधर से नहीं जाऊँगा, तो खा पी लेता हूँ अल्हम्दुलिल्लाह, इधर एक चाचा है उसको पता है मैं 12 दिन से इधर हूँ, वो मुझे फ्री में खाना देता है पैसे। जी परी दी जगह ते थानू कोई होर आइटम लब जावे फिर? नहीं आइटम मुझे नहीं चाहिए। आइटम ही कुड़ी जे ओ लब जावे थानू फिर खुश है तुसी? नहीं नहीं खुश मैं परी के साथ ही रहूंगा खुश। 500-600 नु दे के भेजांगे, खैर खाली हाथ नहीं भेज दे। ये देखे ना 6-7 लाख पे ऊपर 500-600 कुछ भी नहीं है, तो मैं परी के साथ ही खुश था, उसके साथ ही रहना चाहता हूँ। परी दी टेंशन है, 6 लाख दी टेंशन? नहीं मुझे दोनों की टेंशन है, देखना एक चीज पे लगाया है और एक मेरा लगा है, तो दोनों चीजों की टेंशन है मुझे। ते घर वाले थोड़े कुछ नहीं कहंदे? नहीं घर वाले मेरे आए सी, अम्मा आई थी 2 दिन पहले मिल के गई हैं, भाई भी आया था, तो घर वालों को पता है सब मेरी सिचुएशन, क्योंकि घर वालों से मिलाया भी हुआ था मैंने उसको, तो वो घर वाले कुछ नहीं कहते मुझे। जेड़े आशिक होंगे ना इन्हों के घर ना सिलेंडर च गैस मुक गई ते सुई गैस दे दफ्तर चला गया गैस भरान, समझ ही नहीं आती करना की अद्धे मस्त जी, बस क्या करें अब क्या कर सकते हैं, वो मेरी बस ये डिमांड है कि वो आ जाए इधर एक बार, मैंने 10-12 दिन हो गए हैं मुझे इधर, मैं उसका वेट कर रहा हूँ लेकिन वो आ नहीं रही, और वो जब तक नहीं आएगी मैं जाऊँगा। आए ने तुसी बर्फ तोड़न वाला सुआ कभी देखा? जी देखा है। ओदे वर्गे होई जंदे या ना इंतजार करो? कोई बात नहीं, मैं सुए तो भी पतला हो जा, मैं इधर ही हां, कोई मसला नहीं। ते फायदा की जाना ते जहान है, परियां ते लब जानी है होर। जी देखिए परी तो मिल जाएगी लेकिन प्यार वैसा परी जैसा नहीं मिलेगा मुझे। की थानू चुलुंगी च लटा के झूले दिंदी सी? नहीं झूले की बात नहीं है, देखें दिल की बात है, अट्रैक्शन की बात है, एक रूह की बात है, मेरी जो अट्रैक्शन है उससे बहुत अच्छी थी और प्यार उससे बहुत करता था, वो भी मुझसे करती थी, अचानक पता नहीं उसको क्या हुआ। ब्याह करवाना चाहते? जी ब्याह बिल्कुल कराना चाहता। सोनी सी कि गोजी सी? नहीं वो तो प्यारी है। तुसी नहीं ना प्यारे सी, इस वास्ते भज गई है? नहीं देखें मैं, मुझे सब कहते हैं कि आप दिखने में लुक वाइज हैंडसम हो, बट क्या बंदा दसो मैंने झूठ बोलिया? नहीं सब कहते हैं अल्हम्दुलिल्लाह। एक तो बंदा दुखी, दूसरा है ए बेचारा सस्ता आशिक, थकिया होया आशिक, बेचारे दी सेहत नहीं रही है, तीला बन गया कुल्फी दा, ते उतो लोग आके झूठ बोल दे आ कि सोना है ज्यादती। नहीं देखे आप मेरी बेशक पिक्चर्स देख लें इंस्टाग्राम पे, प्यारा हूँ मैं अभी तो, ये मैं 10-12 दिन हो गए हैं, दाढ़ी बढ़ गई है, बाल खराब हो गए हैं, तो इस वजह से लग रहा हूँ, लेकिन अल्हम्दुलिल्लाह मैं बहुत प्यारा। हाय रब्बा मेरे को इस बेचारे का दुख नहीं जे वेख्या जा रहा, इतने जी आवाम खलोती है असं उन्होंने भी बुलाने, भाए ने परी का फोन आ गया? नहीं परी का नहीं, किसी परे दा वा? किसी चैनल वाले का यार। अच्छा चलो असं किसी ने बुलाते हैं आवाम विचों ते शरीक करते हैं अपने दुख विच, आना जरा तुसी। हाँ जी की कहना चाहोगे, बेचारे इन्ने दुखी बैठे आ? मैनू ऐसी तो दुख हो रहा है कि सुने पैसे भी लै गए, लेकिन कोई गल नहीं, मैं तो 2-3 छड़ियाँ यार, आन जन चीज़ा होंगे ने, दिल के काम कर दोबारा सेहत बना, अनार का जूस पी के ऐसे पीले डड्डू वर्गा मुँह हो गया तेरा यार, दुख की गल है।
ਬਾਕੀ ਅੱਲਾਹ ਤਾਲਾ ਤੇਰੀ ਮਦਦ ਵੀ ਕਰੇ ਲੇਕਿਨ ਟੈਨਸ਼ਨ ਨਹੀਂ ਦੀ ਯਾਰ ਕੁੜੀਆਂ ਆ ਜਾਂ ਦੁਬਾਰਾ ਆਪਣਾ ਕਾਰੋਬਾਰ ਕਰ ਤੇ ਚਿੱਲ ਕਰ ਕਾਰੋਬਾਰ ਕਿਵੇਂ ਕਰਾਂ ਜਦੋਂ ਪੈਸਾ ਹੀ ਲੈ ਗਈ ਮਸਲਾ ਕਿ ਉਹੀ ਪੈਸੇ ਉਸ ਵਕਤ ਕਮਾਉਣਾ ਤੂੰ ਛੱਡਦਾ ਜ਼ਿੰਦਗੀ 'ਚ ਤੇ ਇਸ ਤਰ੍ਹਾਂ 'ਚ ਜ਼ਿੰਦਗੀ ਕਿਸ ਤਰ੍ਹਾਂ ਬਸਰ ਕਰੇਗਾ ਤੂੰ ਸੋਚਣ ਵਾਲੀ ਗੱਲ ਹੈ ਯਾਰ ਲੋਕਾਂ ਦੇ ਕਰੋੜਾਂ ਦੇ ਨੁਕਸਾਨ ਹੋ ਜਾਂਦੇ ਇਹਦਾ ਮਤਲਬ ਕਿ ਉਹ ਆਪਣੇ ਨੂੰ ਕਤਲ ਕਰ ਲੈਣ ਤੁਹਾਡਾ ਮੂੰਹ ਵੀ ਤਾਂ ਵੇਖੋ ਨਾ ਇਸ ਤਰ੍ਹਾਂ ਹੋ ਗਿਆ ਲੱਕੜ ਦੇ ਹੱਥਾਂ ਨਾਲ ਅੱਗ ਸੇਕੀ ਹੁੰਦੀ ਚੈੱਕ ਕਰ ਦੌੜ ਲਾ ਕੇ ਮੰਡੀ ਦੀ ਚੀਜ਼ ਲਈ ਹੁੰਦੀ ਇਹੋ ਜਿਹਾ ਮੂੰਹ ਹੋ ਗਿਆ ਤੁਹਾਡਾ ਚੈੱਕ ਕਰਦੇ ਫਿਰ ਲੈਸ ਵਾਲੀ ਕਵਰ ਹੁੰਦੀ ਇਹੋ ਜਿਹਾ ਮੂੰਹ ਹੋ ਗਿਆ ਤੁਹਾਡਾ ਯਾਰ ਕੀ ਕਸਮੇ ਇੰਨਾ ਨਹੀਂ ਪਰੇਸ਼ਾਨੀ ਲਈ ਦੀ ਤੇਰੇ ਵਰਗੇ ਬੰਦੇ ਲੱਕ ਦੇ ਦਾੜਾ ਰੱਖੇ ਕਹਿੰਦੇ ਮੈਨੂੰ ਕੱਛੂ ਕੂਮਾ ਕਹੋ ਮੈਨੂੰ ਅੱਜ ਦਾ ਦੁੱਖ ਹੋ ਰਿਹਾ ਤੂੰ ਕੁੜੀ ਦੇ ਪਿੱਛੇ ਯਾਰ ਇਸ ਕਦਰ ਸਲੀਲ ਨਾ ਪਾਇਣ ਮਜ਼ਾਕ ਨਹੀਂ ਉਡਾਈਦਾ ਦੁਖੀ ਬੰਦਾ ਵਾ ਇੰਜ ਨਹੀਂ ਕਰੀਦਾ ਆ ਕੇ ਦਰਦਾ ਟੀਕਾ ਲਵਾਉਣ ਚਲੇ ਜਾਂਦੇ ਕੀ ਇਹਨੂੰ ਮੱਕੀ ਕੋ ਚੈੱਕ ਤੇ ਕਰੋ ਪੈਸਾ ਦਾ ਪ੍ਰਿੰਸ ਬਿਸ ਮਨੇ ਆ ਕੇ ਕਬਰਾਂ ਦੇ ਬਿੱਜੂ ਵਰਗੇ ਹੋ ਗਏ ਪਰ ਤੁਸੀਂ ਮਜ਼ਾਕ ਨਹੀਂ ਉਡਾਣਾ ਮਜ਼ਾਕ ਉਡਾਵਾਂਗੇ ਤੇ ਦੂਸਰੇ ਵੀ ਆਉਣ ਵਾਲੇ ਨੂੰ ਪਤਾ ਲੱਗੇਗਾ ਨਾ ਕਿ ਆ ਕੰਮ ਗਲਤ ਹੈਗਾ ਚੈੱਕ ਕਰਦੇ ਭਾਈ ਇਹੋ ਜਿਹੇ ਬੰਦੇ ਜੱਜ ਨੇ ਇਹਦੇ ਪਿਓ ਨੂੰ ਫਾਂਸੀ ਦੇ ਦਿੱਤੀ ਬਾਹਰ ਆ ਕੇ ਉਹਨੇ ਸੈਲਫੀਆਂ ਲੈ ਰਹੇ ਐਸੇ ਸੇ ਕਰ ਇਸ ਲਈ ਤਾਂ ਮਜ਼ੀਦ ਕਰ ਰਹਾ ਹੂੰ ਟੈਨਸ਼ਨ ਆਪ ਲੈ ਸਰ ਤੂੰ ਆਪਣੇ ਆਪ ਕੋ ਜ਼ਰਾ ਕੰਟੀਨਿਊ ਦੁਬਾਰਾ ਕਰੇ ਕਮਾਏ ਯਾਰ ਮਾਸ਼ਾਅੱਲਾ ਕੀ ਕੈਸਾ ਮੇਰੇ ਕੜੇ ਵਾਲੀ ਬੋਕਰ ਵਰਗਾ ਮੂੰਹ ਹੋ ਗਿਆ ਤੇਰਾ ਯਾਰ ਸੁਣ ਗੱਲ ਬਾਹਰ ਹੋ ਗਈ ਵੀਰੇ ਟੈਨਸ਼ਨ ਨਹੀਂ ਲੈਣੀ ਆ ਵੀਰਾ ਖਾਨ ਨਾਲ ਵਾ ਅੱਪਾ ਪਰੀ ਨੂੰ ਜੁਗਤਾ ਐਸੀਆਂ ਮਾਰਨੀਆਂ ਉਹਨੇ ਆਪ ਹੀ ਆ ਜਾਣਾ ਪਰੀ ਨੂੰ ਤੁਸੀਂ ਇੱਕ ਜੁਗਤ ਨਹੀਂ ਮਾਰੀ ਮੈਨੂੰ ਤੂੰ ਮਾਰ ਮਾਰ ਕੇ ਪਾਗਲ ਓਹੋ ਪਰੀ ਵੀ ਤਾਂ ਇੰਜ ਸਾਈਡ ਪਫ ਵਾਲੀ ਚੜੇਲ ਹੋਣੀ ਇਹੋ ਜਿਹੀ ਹੋਣੀ ਯਾਰ ਕੁਝ ਗੰਜੀ ਚੜੇਲ ਹੋਣੀ ਤੇਰੀ ਪਰੀ ਵੀ ਇੰਜ ਹੋਣੀ ਜਿਵੇਂ ਚੜੇਲ ਪਹੁੰਚਾਉਂਦਾ ਇਹੋ ਜਿਹੀ ਹੋਣੀ ਕੀ ਕਹਿੰਦਾ ਯਾਰ ਪਰੀ ਦੀ ਜਾਨ ਛੱਡ ਦੇ ਤੇ ਤੂੰ ਮੇਰਾ ਭਰਾ ਤੂੰ ਦੂਜਾ ਪਰਾ ਨਵਾਂ ਪਰਾ ਬਣ ਗੱਲ ਨੂੰ ਸਮਝ ਮਰੇ ਪੁੱਠੇ ਬੂਟ ਪਾ ਕੇ ਕਹਿੰਦਾ ਮੈਨੂੰ ਫਾਲਜ ਹੋ ਗਿਆ ਉਹਦੇ ਚੱਕਰ ਵਿੱਚ ਯਾਰ ਨਾ ਇਸ ਤਰ੍ਹਾਂ ਕਰ ਯਾਰ ਝਾੜੂ ਨਾਲ ਗਿੱਡ ਕੱਢੀ ਹੁੰਦੀ ਝਾੜੂ ਨਾਲ ਨੀਅਤ ਸਾਫ਼ ਕੀਤੀ ਹੁੰਦੀ ਇਹੋ ਜਿਹਾ ਹੋ ਗਿਆ ਤੇਰਾ ਕੁੜੀ ਦੇ ਚੱਕਰ ਚ ਯਾਰ ਕੀ ਬੰਦਾ ਯਾਰ ਤੂੰ ਨਾ ਇਸ ਤਰ੍ਹਾਂ ਕਰ ਮੈਨੂੰ ਤੇਰਾ ਵੇਖ ਕੇ ਬਹੁਤ ਦੁੱਖ ਹੋ ਰਿਹਾ ਰਾਵੀ ਸਾਨੂੰ ਉੱਥੇ ਨੇੜੇ ਹੀ ਪੈਂਦੀ ਹੈ ਨਾ ਤੈਨੂੰ ਚੁੱਕੇ ਚ ਸੁੱਟਦੀ ਉਹ ਵੀ ਮੱਛੀਆਂ ਵੀ ਕਹਿੰਦਾ ਕਿ ਗੰਦ ਸੁੱਟਦੇ ਵਿੱਚ ਏਡਾ ਦੁਖੀ ਗੰਦ ਤੇ ਤੇਰੀ ਮਿਹਰਬਾਨੀ ਥੋੜਾ ਜਿਹਾ ਕੰਪਰੋਮਾਈਜ਼ ਕਰ ਪਲੀਜ਼ ਮੈਂ ਇਹੀ ਕਹਿੰਦਾ ਚਲੋ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਤੁਹਾਡੇ ਨਾਲ ਹਾਂ ਠੀਕ ਆ ਸਭ ਠੀਕ ਹੋ ਜਾਏਗਾ ਅਸੀਂ ਪਰੀ ਨੂੰ ਲੈ ਆਵਾਂਗੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹਦੇ ਨਾਮ ਇੱਕ ਪੈਗਾਮ ਨਹੀਂ ਉਹਦੇ ਨਾਮ ਬਸ ਇਹ ਪੈਗਾਮ ਹੈ ਕਿ ਉਹ ਆ ਜਾਏ ਮੈਂ ਉਹਦਾ ਵੇਟ ਕਰ ਰਿਹਾ ਜਦੋਂ ਤੱਕ ਉਹ ਆਏਗੀ ਨਹੀਂ ਮੈਂ ਇਧਰੋਂ ਨਹੀਂ ਜਾਵਾਂ ਉਹਨੇ ਭਾਵੇਂ ਅੱਗੋਂ ਦੋ ਕਰ ਲਿਓ ਭੋਲੇ ਵੀ ਕਹਿ ਰਹੇ ਹੋ ਆਈਏ ਕੈਸੀ ਅੱਗੋਂ ਭੰਗੜਾ ਪਾਉਣਾ ਤੁਸੀਂ ਬੁਲਾ ਕੇ 6 ਲੱਖ ਲੈ ਗਈ ਅੱਗੋਂ ਭਾਵੇਂ ਕਿਸੇ 24 ਲੱਖ ਲੈ ਗਈ ਭੋਲੇ ਵੀ ਕਹਿ ਰਹੇ ਆ ਜਾਏ ਇੱਡੇ ਤੂੰ ਆਸ਼ਿਕ ਬਣਿਆ ਨਹੀਂ ਮੈਂ ਉਹਦੇ ਕੋਲੋਂ ਪੁੱਛਾਂਗਾ ਕਿ ਤੂੰ ਮੇਰੇ ਨਾਲ ਕੀਤਾ ਕੀ ਤੇਰਾ ਫੋਨ ਨੰਬਰ ਨਹੀਂ ਹੈ ਤੇਰੇ ਕੋਲ ਉਹਦਾ ਨੰਬਰ ਹੈਗਾ ਤੇ ਫੋਨ ਕਰ ਪੁੱਛੇ ਤੇ ਉੱਥੇ ਬਲੌਕ ਕੀਤਾ ਆ ਕੋਈ ਹੋਰ ਨੰਬਰ ਕੋਈ ਮਾਂ ਦਾ ਨੰਬਰ ਸਫਰਾਜ਼ ਕੋ ਫੋਨ ਕਰੋ ਉਹ ਕੌਣ ਚੱਲਦੇ ਆ ਅਸੀਂ ਦੁਆ ਕਰਦੇ ਇਹਨਾਂ ਦੀ ਪੜੀ ਉੱਡ ਕੇ ਆਈਵੇ ਕਿਤੋਂ ਚਲੋ ਚਲੀਏ ਜੀ ਨਾਜ਼ਰੀਨ ਅਬ ਹੋ ਗਿਆ ਇੱਕ ਬ੍ਰੇਕ ਦਾ ਵਕਤ ਤੁਸੀਂ ਕਿਤੇ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਇੱਥੇ ਹੀ ਰਹਿਣਾ ਮੈਂ ਜਲਦੀ ਵਾਪਸ ਆਈ ਬੈਠ ਕੇ ਕਾਫੀ ਕਨਫੀਡੈਂਸ ਹੈ ਤੇਰੇ 'ਚ ਅੱਲਾ ਤੇਰੀ ਲਾਈਫ 'ਚ ਢੇਰ ਸਾਰੀ ਖੁਸ਼ੀਆਂ ਦੇ ਔਰ ਤੈਨੂੰ ਤਰੱਕੀ ਦੇ ਹੋਰ ਇੱਜ਼ਤ ਦੇਵੇ ਤੇ ਇਸ ਕਰਕੇ ਮੇਰੀਆਂ ਦੁਆਵਾਂ ਵੀ ਤੇਰੇ ਨਾਲ ਆ ਜਾ ਨੀ ਬਹਿ ਜਾ ਸਾਈਕਲ ਤੇ ਆ ਜਾ ਨੀ ਬਹਿ ਜਾ ਸਾਈਕਲ ਤੇ ਦਿਲ ਮੇਰਾ ਬੋਲੇ ਘੜੀ ਘੜੀ ਤੂੰ ਦਿਲ ਦੀ ਜਾਨੀ ਹੈ ਬੋਲੇ ਸਾਰੀ ਦੁਨੀਆ ਨੇ ਤੂੰ ਮੈਥੋਂ ਚਾਹੀ ਹੈ ਆ ਜਾ ਨੀ ਬਹਿ ਜਾ ਸਾਈਕਲ ਤੇ ਆ ਜਾ ਨੀ ਬਹਿ ਜਾ ਸਾਈਕਲ ਤੇ वेलकम बैक नाजरीन मैं ब्रेक से वापस आ चुकी हूँ अब चलते हैं हम लोगों की तरफ अच्छे अच्छे सवाल करते हैं आज मैं सोनी लगन दी आज मैं बहुत सवाल कर लेने लोगों को चलो चलिए अस्सलाम वालेकुम वालेकुम अस्सलाम की करन आए तुसी मार्केट जस्ट एंजॉयमेंट विंडो शॉपिंग हस्बैंड आए ना खाने के लिए आए थे हम बस यहाँ पे और इधर भी खाना आए सी क्या खाया बता दें आप वो बता देंगे तो ये ना मुझे डाइजेस्ट करना है आके चिकन कढ़ाई खाई है और कबाब खाए हैं इन्हें कुछ नहीं खवाया बेचारे ने सिर्फ अभी फीड ही करता है उसका उनको सुस्त होया पया आप उसे बातें करें ना आप इसको जरा ਜੇ ਬੁੱਢੀਆਂ ਮਾਰਕੀਟ ਆਈ ਉਹਨਾਂ ਦਾ ਧਿਆਨ ਨਹੀਂ ਹੁੰਦਾ ਬੱਚਿਆਂ ਵੱਲ ਨਾ ਉਹਨੂੰ ਫੀਡਰ ਐਂਜੀ ਮੂੰਹ 'ਚ ਪਾਇਆ ਦੁੱਧ ਵੀ ਨਹੀਂ ਜਾ ਰਿਹਾ ਉਹ ਵਿਚਾਰਾ ਵੀ ਦਿਲ 'ਚ ਸੋਚ ਰਿਹਾ ਨਾ ਮਾਂ ਇੱਧਰ ਧਿਆਨ ਕਰ ਥੈਂਕ ਯੂ ਅੱਜ ਜਿਹੜਾ ਸਵਾਲ ਦਾ ਜਵਾਬ ਦੇਣਾ ਤੁਸੀਂ ਮੈਨੂੰ ਐਡੀ ਜਲਦੀ ਨਹੀਂ ਜਾਣ ਦਿੰਦੀ ਮੈਂ ਮੇਰਾ ਸਵਾਲ ਇਹ ਵੱਖਰੀ ਦੀ ਸ਼ੈ ਵਾ ਜਿਹੜੀ ਔਰਤਾਂ ਖਾਂਦੀਆਂ ਵੀ ਆ ਅਤੇ ਪਾਉਂਦੀਆਂ ਵੀ ਆ ਖਾਤੀ ਵੀ ਆ ਔਰ ਪਾਉਂਦੀਆਂ ਵੀ ਆ ਗੁੱਸਾ ਇਹ ਗੁੱਸਾ ਕਿੱਥੇ ਪਾਉਂਦੀਆਂ ਔਰਤਾਂ
पेट में नहीं वो सोचना पड़ेगा, आपका टाइम गुजर जाएगा। हार गई, ये नहीं कहूंगी। ये तो कहना पैना बुढ़िया, अच्छा मानदियां नहीं हार। चलो एक और सवाल, तुम भी दसना कीड़ी शैवा जड़ी फ्रिज रखी है ते वो फिर भी गर्म ही रहती है। देखो मेरी सास। ये तो फिर अब आपने बोल दिया ऊंची आवाज से बोलने, मेरी सास मेरे पीछे ना पड़ जाए। एक ससा ही बोलदियां होंदियां जिथे मर्जी ले जाओ उन्होंने गर्म ही रहना, गुस्से च रहना। थैंक यू। बस को मैं हार गई, हुन ते कह दो। चले जी मैं हार गई। कोई सुनाना चाहते हो, कोई रेसिपी शेयर करना चाहते हो? सिंग अ सॉन्ग प्लीज। नहीं नहीं नहीं, थैंक यू। नहीं नहीं, ये शेयर करना चाहूँगी कि हमेशा कूल रहें और आजजी में रहें। अपनी सास सास से तो नहीं क्या सीख? नहीं मैं ऐसी हूँ अपने। चलो बढ़िया हो गया। अस्सलाम वालेकुम। वालेकुम अस्सलाम जी। सर की करना है तुसी लबाटी मार? मैं बेटा ਤੁਹਾਨੂੰ ਦੇਖਣਾ ਹੈ। ਪਤਾ ਚੱਲ ਗਿਆ ਸੀ ਕਿ ਮੈਂ ਆ ਰਹੀ ਹਾਂ। ਟੀਵੀ ਤੇ ਦੇਖਦਾ ਰਹਿੰਦਾ ਨਾ, ਮੇਰੇ ਬੱਚੇ ਤੇ ਮੇਰੀ ਬੇਗਮ ਦੇਖਦੀ ਹੈ ਨਾ, ਤੇ ਜਦੋਂ ਤੇ ਉਹ ਫਿਰ ਮੈਂ ਕਹਿੰਦਾ ਸੀ ਜਿੱਦਣ ਕਿਤੇ ਲਬਲਟੀ ਆਏ ਨਾ ਫਿਰ ਮੈਂ ਵੀ ਇੰਟਰਵਿਊ ਦਊਂਗਾ ਇਹਨੂੰ ਥੋੜ੍ਹਾ ਜਿਹਾ। ਤੁਹਾਨੂੰ ਜੁਗਤਾਂ ਵੀ ਆਉਂਦੀਆਂ ਹੋਣੀਆਂ? ਜੁਗਤਾਂ ਮਾਰਨੀਆਂ ਮੈਨੂੰ ਤਾਂ ਘੱਟ ਹੀ ਹੁੰਦੀਆਂ ਪੁੱਤ। ਤੁਸੀਂ ਮਾਰੋ, ਮੈਂ ਨਹੀਂ ਤੁਹਾਨੂੰ ਮਾਰ ਸਕਦੀ। ਮੈਂ ਨਾ ਜਿਹੜੇ ਏਜ 'ਚ ਵੱਡੇ ਹੁੰਦੇ ਮੈਂ ਉਹਨਾਂ ਨੂੰ ਜੁਗਤਾਂ ਨਹੀਂ ਮਾਰਦੀ। ਮੈਂ ਕਿਹੜਾ ਐਡਾ ਵੱਡਾ? ਇਹ ਬਿਲਕੁਲ ਨਹੀਂ, ਤੁਸੀਂ ਹੁਣੇ ਆ ਕੋਈ 18-20 ਸਾਲ ਦੇ, ਤੋਂ ਜ਼ਿਆਦਾ ਉਮਰ ਨਹੀਂ ਤੁਹਾਡੀ। ਨਹੀਂ ਬੇਟਾ ਮੈਂ ਤੇਰੀ ਜੁਗਤਾਂ ਮਾਰ ਸਕਦਾ, ਤੂੰ ਐਡੀ ਪਿਆਰੀ ਕੁੜੀਆ ਹੈਗੀ, ਐਡੀ ਸੋਹਣੀ, ਤੇ ਲੇਕਿਨ ਮੈਨੂੰ ਇਹ ਦੱਸ ਪਹਿਲਾਂ ਇਹ ਪੰਜਾਬੀ ਕਿਉਂ, ਕਿੱਥੋਂ ਸਿੱਖੀ ਹੈ? ਪਿੰਡਾਂ ਵਾਲੇ ਨਹੀਂ ਐਡੀ ਸੋਹਣੀ ਪੰਜਾਬੀ ਬੋਲਦੇ? ਮੈਂ ਪੰਜਾਬੀ ਪਤਾ ਨਹੀਂ ਆਪ ਹੀ ਆ ਗਈ, ਮੈਂ ਸਿੱਖੀ ਨਹੀਂ ਆ। ਨਹੀਂ ਲੱਗਦਾ ਕਿਤੇ ਸਕੂਲੇ ਜਾਂਦੀ ਰਹੀ ਹੈ ਪੰਜਾਬੀ ਪੜ੍ਹਨ ਜਾਂਦੀ ਹੈ ਪਹਿਲਾਂ ਕਿਤੇ ਤੂੰ ਹੈ? ਹਾਂ ਪੰਜਾਬੀ ਦਾ ਸਬਜੈਕਟ ਰੱਖਿਆ, 4 ਸਾਲ ਪੜ੍ਹੀ ਜ਼ਰੂਰ ਆ ਮੈਂ। ਨਹੀਂ ਲੱਗਦਾ ਇਹ ਕਿ ਐਵੇਂ ਮੀਡੀਆ 'ਚ ਬੰਦੇ ਥੋੜ੍ਹਾ ਲੈ ਕੇ ਆ ਜਾਂਦੀ ਐਡੀ ਪੰਜਾਬੀ ਸੋਹਣੀ ਬੋਲਦੀ ਤੂੰ। ਅੱਛਾ ਤੁਸੀਂ ਕੀ ਕੰਮ ਕਰਦੇ? ਮੈਂ ਸੇਲਮੈਨ। ਕੀ ਵੇਚਦੇ ਹੋ? ਬੈਗ, ਜੂਲਰੀ, ਸ਼ੂਜ਼, ਯਾਨੀ ਇਸ ਤਰ੍ਹਾਂ ਡਿਪਾਰਟਮੈਂਟ ਸਟੋਰ ਹੈ ਨਾ, ਅਤੇ ਸਾਰੀ ਦੁਕਾਨ 'ਤੇ। ਅੱਛਾ ਬੁੱਢੀਆਂ ਆ ਕੇ ਜਦੋਂ ਬਹਿਸ ਕਰਦੀਆਂ ਤੁਹਾਨੂੰ ਖਿੱਚ ਨਹੀਂ ਚੜ੍ਹਦੀ? ਨਹੀਂ ਚੜ੍ਹਦੀ ਆ, ਕਿਸੇ ਵੇਲੇ ਤਾਂ ਬਹੁਤ ਚੜ੍ਹਦੀ ਆ, ਕਿਸੇ ਵੇਲੇ ਕਹਿੰਦੀਆਂ ਅਤੇ ਹਜੇ ਸਾਰਾ ਕੁਛ ਖਿਲਾਰਾ ਪਾ ਕੇ ਕਹਿੰਦੀਆਂ ਕਿ ਅੱਛਾ ਹਜੇ ਤਾਂ ਮੈਚਿੰਗ ਨਹੀਂ ਸਾਡੇ ਸੂਟ 'ਤੇ ਲੈ ਆਈਏ, ਉਦੋਂ ਥੋੜ੍ਹੀ ਜਿਹੀ ਹੁੰਦੀ, ਲੇਕਿਨ ਫਿਰ ਵੀ ਡਿਊਟੀ 'ਚ ਹੋਈ ਆ ਤਾਂ ਕੋਈ ਗੱਲ ਨਹੀਂ, ਦੇਖਦੀਆਂ ਰਹਿਣ ਕੋਈ ਦੀਆਂ ਸੀ ਨਹੀਂ ਮਹਿਸੂਸ ਕਰਦੀ। ਮਤਲਬ ਕਦੀ ਇੰਝ ਹੋਇਆ ਕਿ 50 ਰੁਪਏ ਦੇ ਕਿਸੇ ਬੁੱਢੀ ਨੇ ਘੰਟਾ ਬਹਿਸ ਕੀਤੀ ਹੋਈ? ਨਹੀਂ, 50 ਵਾਲੀ ਸ਼ਾਇਦ ਸਾਡੇ ਕੋਲ ਕੋਈ ਸੀ। ਅੱਛਾ ਮਹਿੰਗੀਆਂ ਸ਼ਾਇਦ 1000 ਰੁਪਏ ਤੋਂ ਲੈ ਕੇ ਸਾਡੇ ਕੋਲ ਤਾਂ 20,000 ਰੁਪਏ ਤੱਕ ਜੁੱਤੀ। ਮੇਰੇ ਵਰਗੀ ਆਈ ਵੇ ਕਿਸ਼ਤਾਂ ਦੇ ਚੀਜ਼ਾਂ ਦੇ ਦੂੰਗੇ? ਤੇਰੇ ਕੀ ਲੈ, ਤੇਰੇ ਕੋਲ ਢੇਰ ਸਾਰੇ ਪੈਸੇ, ਇੰਨੇ ਪੈਸੇ ਮੀਡੀਆ ਵਾਲੇ ਕੋਲ ਲੈਣੀ ਆ, ਤੂੰ ਤਾਂ ਲਏਂਗੀ ਨਗਦ ਕੈਸ਼ ਦੇ ਪੈਸੇ, 10-20 ਹਜ਼ਾਰ ਦੀ ਜੁੱਤੀ ਲਊਂਗੀ, ਤੂੰ ਕਿਹੜਾ ਘੱਟ ਦੀ ਲੈਣੀ ਆ? ਗੱਲਾਂ ਹੀ ਆ, ਕੋਈ ਨਹੀਂ ਇੰਨਾ ਕੈਸ਼, ਗੱਲਾਂ ਹੀ ਆ। ਚੱਲ ਗੱਲਾਂ ਹੀ ਆ ਤਾਂ ਫੇਰ ਵੀ ਚਲੋ ਘੱਟ ਘੱਟ 2-3 ਹਜ਼ਾਰ ਦੀ ਤਾਂ ਲਊਂਗੀ ਜੇ ਜੁੱਤੀ ਲੈਂਗੀ, ਤੈਨੂੰ ਲੈਸ ਕਰ ਦਾਂਗੇ ਵੈਸੇ। ਅੱਛਾ ਕਿੰਨਾ ਲੈਸ ਕਰੂੰ? 3 ਹਜ਼ਾਰ ਦੀ ਜੁੱਤੀ ਰਹਿਣਾ ਕਿੰਨਾ ਕੁ ਹੋ ਜੂਗਾ? ਚਲੋ ਜਿੰਨਾ ਮਰਜ਼ੀ 200 ਦੀ ਦੇ ਦੂੰਗੇ। ਉਹ ਕਰ ਕਿਤੇ ਦੁਕਾਨ ਤੋਂ ਕਢਾਉਣਾ, 200 ਦੀ ਤੇ ਹੈ ਹੀ ਨਹੀਂ, 200 ਦੀ ਨਹੀਂ ਪਤਾ ਅਸੀਂ ਸਾਡੇ ਕੇ 2000 ਦੀ ਕਾਹਦਾ ਡਿਸਕਾਊਂਟ ਕਰੋਗੇ ਤੁਸੀਂ? ਲੈ ਅੱਛਾ ਤੁਸੀਂ ਕਿਸ ਦਿਨ ਲੈ ਆ ਜਿਓ, ਮੈਂ ਆਪਣੇ ਬੌਸ ਨੂੰ ਕਹਿ ਦਿੰਗਾ ਇਹਨੂੰ ਜ਼ਰਾ ਨਾ ਲੈਸ ਕਰਦੇ, ਬਹੁਤ ਅੱਛੀ ਅੱਛੀ ਇੰਟਰਵਿਊ ਕਰਦੀ ਹੈ ਤੇ ਬਹੁਤ ਪਿਆਰੀਆਂ ਗੱਲਾਂ ਕਰਦੀ ਹੈ। ਚਲੋ ਮੈਂ ਸਵਾਲ ਦਾ ਜਵਾਬ ਦੇਣਾ, ਤੁਸੀਂ ਦੱਸਣਾ ਹਾਂ ਕਰੀ ਸਵਾਲ ਤੇ ਜਿਹੜਾ ਆ ਜੇ ਮੈਨੂੰ ਸੌਖਾ ਹੀ ਆ। ਤੁਸੀਂ ਦੱਸਣਾ ਕਿਹੜੀ ਸ਼ੈ ਵਾ ਜਿਹੜੀ ਫ੍ਰਿਜ 'ਚ ਵੀ ਰੱਖੀਏ ਤੇ ਗਰਮ ਰਹਿੰਦੀ? ਫ੍ਰਿਜ 'ਚ ਵੀ ਰੱਖੀਏ ਤੇ ਗਰਮ ਰਹਿੰਦੀ ਹੈ? ਕੰਪਰੈਸਰ ਹੀ ਆ। ਫ੍ਰਿਜ ਕੌਣ ਕੰਪਰੈਸਰ ਰੱਖਦਾ? ਕੰਪਰੈਸਰ ਹੁੰਦਾ ਇਹ ਨਾਲੇ ਹੀ ਨਾ, ਮੇਰੇ ਨਾਲ ਮੇਰਾ ਸ਼ਰੀਕਾ ਆ ਗਿਆ, ਇਹਨੇ ਕਿਹਾ ਵੀ ਕੀ ਗੱਲਾਂ ਕਰਨੀਆਂ ਤੇ ਇਹ ਨਾਲ ਹੀ ਖਲੋ ਜਾਂਦਾ ਆ ਕੇ। ਫ੍ਰਿਜ ਤਾਂ ਮੇਰਾ ਬੇਟਾ, ਉਹਦੇ 'ਚ ਤਾਂ ਫ੍ਰਿਜ 'ਚ ਤਾਂ ਗਰਮ ਤੇ ਕਰੇਲੇ ਰੱਖ ਲਓ, ਗਰਮ ਹੀ ਰਹਿਣਗੇ ਮੇਰੇ। ਨਹੀਂ ਉਹ ਵੀ ਠੰਡੇ ਹੋ ਜਾਂਦੇ ਆ। ਮੈਂ ਇਸ ਲਈ ਕਿਹਾ ਜੀ ਉਹ ਸਵਾਲ ਕਰੀ ਜਿਹੜਾ ਮੈਨੂੰ ਛੇਤੀ ਆ ਜਾਵੇ, ਉਹਨੇ ਕਹਿਣਾ ਤੂੰ। ਅੱਛਾ ਚਲੋ ਮੈਂ ਸੋਚ ਕੇ ਦੱਸਦਾ, ਇੱਕ ਆਪਸ਼ਨ ਲੈਣਾ ਬਾਹਰੋਂ ਜਾ ਕੇ ਕਿਤੇ। ਨਹੀਂ ਨਹੀਂ ਦਿਸਗਾ ਮੈਂ ਹਾਰ ਗਿਆ। ਨਹੀਂ ਐਡੀ ਛੇਤੀ ਨਹੀਂ, 1000 ਮੰਨਦੇ ਨਾ। ਮੈਨੂੰ ਪਤਾ, ਮੈਨੂੰ ਪਤਾ ਹਾਰ ਮੰਨੋ। ਹੈ ਹਾਰ ਮੰਨੋ ਨਾ, ਮੈਨੂੰ ਇਹਨੇ ਤੇ ਹੁਣੀ ਪਤਾ ਕੀ ਕਰਨਾ, ਮੇਰੀ ਬਰਾਦਰੀ ਖੜੀ ਆ, ਉਹਨੇ ਕਹਾ ਕੁੜੀਆਂ ਕੋ ਹਾਰ ਗਿਆ। ਮੈਂ ਤੀ ਕੋਲੋਂ ਤੇ ਹਾਰ ਜਾਂਦੇ, ਤੁਸੀਂ ਬੇਟਾ ਕਿਹਾ ਵਾ? ਤਾਂ ਕੋਈ ਜਿੱਤ ਕੋਈ ਹੋਰ ਸਵਾਲ ਕਰ, 3 ਹੁੰਦੇ ਸਵਾਲ, 1-2-3 ਕਰਦੀ। ਇੱਕ ਹੋਰ ਸਵਾਲ ਤੁਸੀਂ ਮੈਨੂੰ ਦੱਸਣਾ, ਕੀੜਾ ਜਾਨਵਰ ਆ ਨਾ ਉਹਦੀ ਦੁੰਮਾ ਤੇ ਨਾ ਬਾਲ? ਨਾ ਉਹਦੇ ਦੁੰਮ ਹੈ ਤੇ ਨਾ ਉਹਦੇ ਬਾਲ ਆ। ਜੇ ਤੂੰ ਵੈਸੇ ਹੁਣੀ ਮੈਨੂੰ ਇੱਕ ਫੋਨ ਕਰਦੇ, ਮੇਰੀ ਅਲੀ ਨੂੰ ਇਹ ਸਵਾਲ ਹੁੰਦੇ ਆ, ਉਹ ਮੈਨੂੰ ਦੱਸ ਦੇਗਾ ਵੀ ਕੀ। ਮੇਰਾ ਕਹਿਣਾ ਮੇਰੀ ਬੁੱਢੀ। ਨਹੀਂ ਅਲੀ ਨੂੰ ਕਹਿਣਾ, ਉਹ ਨਹੀਂ ਹੋਰ ਕਹਿੰਦੀ ਤੂੰ। ਮੈਂ ਇਹ ਬੰਦੇ ਗੁੱਸਾ ਕੱਢਣਾ ਚਾਹਨਾ, ਸਭ ਤੋਂ ਪਹਿਲੇ ਆਪਣੀ ਬੁੱਢੀ ਦਾ ਨਾਮ ਲੈ। ਨਾ ਮੈਂ ਨਹੀਂ, ਉਹ ਤਾਂ ਸਿੱਧੀ ਆ ਤਾਂ ਕੋਈ ਨਹੀਂ, ਮੈਨੂੰ ਲੜਦੀ ਨਹੀਂ ਆ। ਮੇਰੀ ਲੱਡ ਰਾਣੀ ਆ ਤੇ, ਹੈ ਨਾ? ਤਾਂ ਬਿਸੇ ਨੂੰ ਲੱਡ ਰਾਣੀ ਕਹਿਣਾ ਕਹਿੰਦੇ ਆ ਤਾਂ ਮੇਮ ਸਾਹਿਬ ਜਾਣਾ, ਕੋਈ ਖੈਰ ਪਾ ਦੇ ਤੂੰ। ਉਹ ਤੇ ਮੇਮ ਸਾਹਿਬ ਆ। ਵੈਸੇ ਹੁਣ ਇੱਕ ਅੱਧੀ ਜਿਗਤਾਂ ਹੋ ਜਾਣਗੇ ਤਾਂ। ਅੱਛਾ ਤੁਸੀਂ ਆਪਣੀ ਬੁੱਢੀ ਨੇ ਇੰਨਾ ਪਿਆਰ ਕਰਦੇ ਮੇਮ ਸਾਹਿਬ ਆ, ਤੇ ਕੋਈ ਚਲੋ ਤੁਸੀਂ 3 ਤਰੀਫਾਂ ਦੱਸੋ, ਵਧੀਆ ਗੱਲਾਂ ਖਿਰੀਆਂ ਉਹਨਾਂ 'ਚ। ਉਹਦੇ 'ਚ ਖਾਣਾ ਬੜਾ ਅੱਛਾ ਪਕਾਉਂਦੀ।
ਠੀਕ ਹੈ ਲੜਦਾ ਬਹੁਤ ਲੜਦੀ ਬਹੁਤ ਸੋਹਣੀ ਪੜ੍ਹੀਆਂ ਲਿਖੀਆਂ ਲੜਕੀਆਂ ਜਿਹੜੀਆਂ ਨਾ ਉਹ ਨਹੀਂ ਲੜਦੀਆਂ ਵੈਸੇ ਉਹ ਗ੍ਰੈਜੂਏਸ਼ਨ ਆ ਮੈਂ ਵੈਸੇ ਹਾਫ ਐਮ ਏ ਹਾਂ ਅਤੇ ਉਹ ਨਹੀਂ ਕਦੀ ਵੀ ਇਸ ਤਰ੍ਹਾਂ ਦੀ ਗੱਲ ਕਰੀ ਲੇਕਿਨ ਖਾਣਾ ਪਕਾਉਣਾ ਅੱਛਾ ਹੈ ਕੋਈ ਮਹਿਮਾਨ ਆ ਜੇ ਕੋਈ ਸਾਡੇ ਕੋਲ ਸਮਝ ਲਓ ਕਿ ਵੀ ਸਸੁਰਾਲ ਵਾਲੇ ਦੋਨੋਂ ਜੋ ਆ ਜੇ ਅਤੇ ਉਹ ਬੜੇ ਪਿਆਰ ਨਾਲ ਮੁਹੱਬਤ ਨਾਲ ਖਾਣਾ ਖੁਣਾ ਬਣਾ ਕੇ ਦਿੰਦੀ ਹੈ ਲੱਗੇ ਪਿੱਛੇ ਉਤੋਂ ਸੁਣਾ ਆ ਜਾਣਾ ਹੁਣ ਤੁਸੀਂ ਸਾਹਮਣੇ ਕਹਿਣਾ ਆ ਜਾਓ ਵਾਪਸ ਹੋ ਗਿਆ ਅੱਛਾ ਚਲੋ ਤੁਸੀਂ ਮੈਨੂੰ ਇੱਕ ਜੁਗਤ ਮਾਰੋ ਕੀ ਮਾਰਨੀ ਆ ਤਾਂ ਅੱਜ ਤਾਂ ਲਾਲ ਪਰੀ ਬਣੀ ਬੈਠੀ ਆ ਤੂੰ ਤੇ ਹੈ ਕਾਫੀ ਲੜਕੀਆਂ ਇੱਥੇ ਹੁੰਦੀ ਰਹੀਆਂ ਵੈਸੇ ਮਾਲ ਤੇ ਜਾਂ ਹੋਰ ਕਾਫੀ ਜਗ੍ਹਾ ਤੁਸੀਂ ਜਾਂਦੇ ਰਹੇ ਸੀਗੇ ਮੈਂ ਕਿਹਾ ਕਿਸੇ ਦਿਨ ਲਿਬਰਟੀ ਆਵੇ ਫਿਰ ਇਹਨੂੰ ਇੰਟਰਵਿਊ ਦੇਵਾਂਗੇ ਇਹਦੀਆਂ ਗੱਲਾਂ ਵਿਛੜੀਆਂ ਵੈਸੇ ਕਾਫੀ ਕੰਫੀਡੈਂਸ ਹੈ ਤੇਰੇ 'ਚ ਅੱਲਾ ਤੇਰੀ ਲਾਈਫ 'ਚ ਢੇਰ ਸਾਰੀ ਖੁਸ਼ੀਆਂ ਦੇ ਔਰ ਤੈਨੂੰ ਤਰੱਕੀ ਦੇ ਹੋਸ ਇੱਜ਼ਤ ਦੇਵੇ ਅਤੇ ਇਸ ਕਰਕੇ ਮੇਰੀਆਂ ਦੁਆਵਾਂ ਵੀ ਤੇਰੇ ਨਾਲ ਆ ਅਤੇ ਤੂੰ ਗੁੱਸਾ ਵੀ ਨਹੀਂ ਕਰਦੀ ਜਦੋਂ ਤੂੰ ਕਾਫੀ ਲੋਕਾਂ ਦਾ ਮੁੰਡਿਆਂ ਨੂੰ ਵੀ ਬਦਤਮੀਜ਼ ਮੁੰਡਿਆਂ ਦਾ ਵੀ ਇੰਟਰਵਿਊ ਕਰਕੇ ਦੇਖਿਆ ਉਹ ਬੜੀਆਂ ਹੁਜਦਾਂ ਮਾਰਦੇ ਆ ਲੇਕਿਨ ਮੈਂ ਨਹੀਂ ਇਸ ਤਰ੍ਹਾਂ ਦਾ ਸਵਾਲ ਕਰਾਂਗਾ ਮੈਂ ਇੱਕ ਸ਼ੇਰ ਸਿਰ ਉਸ ਜਾਂਦੀ ਵਾਰੀ ਸੁਣਾ ਦੇਵਾਂਗਾ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਤੇਰੀ ਰਜ਼ਾ ਕਿਆ ਬਹੁਤ ਸ਼ੁਕਰੀਆ ਸਰ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਕਰਨ ਆਏ ਤੁਸੀਂ ਇੱਥੇ ਅਸੀਂ ਇੱਥੇ ਮੌਲ ਸ਼ੌਲ ਹੀ ਦੇਖਣ ਆਏ ਬਸ ਕਿਹਦਾ ਮੌਲ ਸ਼ੌਲ ਦੇਖਣ ਆਏ ਯਾਨੀ ਕਿ ਛੁੱਟੀ ਹੋਏਗੀ ਸੀ ਛੁੱਟੀ ਕਰ ਲਈ ਇੱਕ ਅਜ਼ਾਫੀ ਛੁੱਟੀ ਆ ਸੀ ਫੈਕਟਰੀ ਯੂਨੀਲੀਵਰ ਫੈਕਟਰੀ ਮੈਂ ਕੰਮ ਕਰਦਾ ਹਾਂ ਨੂਡਲ ਕੀ ਬੰਦਾ ਵਾ ਨੂਡਲਸ ਬਣਾਉਂਦੇ ਆ ਨੂਡਲ ਨੂਡਲਸ ਬਣਾਉਂਦੇ ਆ ਅੱਛਾ ਛਿੱਲੇ ਆਲੂ ਵਰਗਾ ਤੁਹਾਡਾ ਬਣਾ ਚਲੋ ਮੇਰੇ ਸਵਾਲ ਦਾ ਜਵਾਬ ਦੇ ਤੁਸੀਂ ਸੁਣਾ ਵਾ ਕਿ ਕਿਹਦੀ ਸ਼ੈ ਵਾ ਜਿਹੜੀ ਅਸੀਂ ਫ੍ਰਿਜ 'ਚ ਵੀ ਰੱਖ ਦਈਏ ਫੇਰ ਵੀ ਗਰਮ ਰਹਿੰਦੀ ਫ੍ਰਿਜ 'ਚ ਵੀ ਰੱਖ ਦਈਏ ਫਿਰ ਵੀ ਗਰਮ ਰਹਿੰਦੀ ਪਤਾ ਨਹੀਂ ਕਿਹੜੀ ਚੀਜ਼ ਹੈ ਮੁਝੇ ਸਹੀ ਹੈ ਪਤਾ ਯਾ ਨਹੀਂ ਨੋ ਸੋਚੋ ਦੇ ਸਹੀ ਖੁੱਡੇ ਵਿੱਚ ਦਹੀਂ ਭੱਲੇ ਲਾਏ ਹੁੰਦੇ ਸੋਚੋ ਇੱਕ ਦੋ ਹੋਰ ਮਾਰਦੇ ਜੁਗਤਾ ਮਜ਼ਾ ਆ ਰਿਹਾ ਵਾ ਮਜ਼ੇ ਨਾਲ ਉਹ ਸੋਚੋ ਤੁਸੀਂ ਅੱਛਾ ਕਿਹਦੀ ਸ਼ੈ ਹੋ ਸਕਦੀ ਹੈ ਜਿਹੜੀ ਫ੍ਰਿਜ 'ਚ ਰੱਖ ਦਿਓ ਗਰਮ ਹੀ ਰਹਿੰਦੀ ਕੀ ਹੋ ਸਕਦਾ ਥੋੜ੍ਹਾ ਜਿਹਾ ਕੋਈ ਯਾਨੀ ਕਿ ਚਾਂਸ ਇੱਕ ਦੋ ਦੇ ਦਿਓ ਜਿਹੜਾ ਭਾਈ ਨਾ ਪਿੱਛੇ ਪਿੱਛੇ ਜਾਈ ਜਾਂਦਾ ਇੱਥੇ ਸਿੱਧੇ ਖਲੋਣਾ ਤੁਸੀਂ ਕੈਮਰੇ 'ਚ ਦੇਖੋ ਮੈਂ ਤਾਂ ਸੋਹਣੀ ਆ ਰਹੀ ਤੁਹਾਡਾ ਤਾਂ ਪਤਾ ਨਹੀਂ ਆ ਇੰਝ ਖਲੋਣਾ ਠੀਕ ਆ ਚਲੋ ਹੁਣ ਦੱਸੋ ਸੋਹਣਾ ਆ ਹੀ ਰਿਹਾ ਵਿੱਚ ਮਾੜਾ ਮੋਟਾ ਭੁਲੇਖਾ ਵਾ ਤੁਹਾਨੂੰ ਭੁਲੇਖਾ ਹੈ ਸ਼ਾਇਦ ਕੈਮਰੇ ਰਿਜ਼ਲਟ ਹੋ ਸਿਕੋ ਮੈਂ ਹਾਰ ਗਿਆ ਹਾਰਨ ਨੂੰ ਦਿਲ ਤਾਂ ਨਹੀਂ ਕਰਦਾ ਪਰ ਹਾਰ ਗਿਆ ਚਲੋ ਇੱਕ ਹੋਰ ਸਵਾਲ ਤੁਸੀਂ ਮੈਨੂੰ ਦੱਸਣਾ ਵਾ ਉਹ ਕਿਹਦੀ ਸ਼ੈ ਵਾ ਜਿਹੜੀ ਕੁੜੀਆਂ ਖਾਂਦੀਆਂ ਵੀ ਆ ਤੇ ਪਾਉਂਦੀਆਂ ਵੀ ਆ ਉਹ ਕਿਹੜੀ ਸ਼ੈ ਵਾ ਜਿਹੜੀ ਕੁੜੀਆਂ ਖਾਂਦੀਆਂ ਵੀ ਆ ਤੇ ਪਾਉਂਦੀਆਂ ਵੀ ਆ ਨਹੀਂ ਇਹਦਾ ਵੀ ਨਹੀਂ ਆ ਰਿਹਾ ਜ਼ਿਹਨ 'ਚ ਕੁਛ ਆਉਂਦਾ ਵਾ ਜ਼ਿੰਦਗੀ 'ਚ ਜਵਾਬ ਨਹੀਂ ਆ ਰਿਹਾ ਪਰ ਕਨਫਿਊਜ਼ ਹੋ ਰਿਹਾ ਵਾ ਚਲੋ ਉਸ ਕੋ ਮੈਂ ਫੇਰ ਹਾਰ ਗਿਆ ਇੱਕ ਵਾਰੀ ਫੇਰ ਹਾਰ ਗਿਆ ਚਲੋ ਕੁਛ ਸੁਣਾਉਣਾ ਚਾਹੁੰਦੇ ਹੋ ਕੀ ਸੁਣਾਉਂ ਕੋਈ ਗਾਣਾ ਸੁਣਾ ਦਿਓ ਕੀ ਆ ਕਮਾਈ ਜਾਂਦਾ ਵਾ ਇਹ ਕਿਉਂ ਕਮਾ ਰਹੇ ਨੇ ਕੈਮਰਾ ਕੌਣ ਸਾ ਗਾਣਾ ਸੁਣਾਓ ਬਤਾਏ ਕੋਈ ਪਾਕਿਸਤਾਨੀ ਗਾਣਾ ਸੁਣਾ ਦਿਓ ਪਾਕਿਸਤਾਨੀ ਨਹੀਂ ਇੰਡੀਆ ਸੁਣਾਓ ਇੰਡੀਆ ਦਾ ਸੁਣਾ ਦਿੱਤਾ ਸੁਣਾ ਸਕਦੇ ਆ ਸੁਣਾ ਸਕਦੇ ਆ ਪਾਕਿਸਤਾਨੀ ਪਾਕਿਸਤਾਨੀ ਫਿਰ ਕੋਈ ਦੱਸ ਦਿਓ ਸੁਣਾ ਦੇ ਮੈਂ ਕਿਹੜਾ ਦੱਸਾਂ ਲੈ ਜਿਹੜਾ ਤੁਹਾਨੂੰ ਆਂਦਾ ਸੁਣਾ ਦਿਓ ਕਰਦੇ ਜਿਹੜਾ ਤੁਸੀਂ ਕਹੋਗੇ ਉਹੀ ਸੁਣਾ ਦੇਣਾ ਆ ਜਾ ਨਹੀਂ ਬੈਜਾ ਸਾਈਕਲ ਤੇ ਆਜਾ ਨੀ ਬੈਜਾ ਸਾਈਕਲ ਤੇ ਆਜਾ ਨੀ ਬੈਜਾ ਸਾਈਕਲ ਤੇ ਦਿਲ ਮੇਰਾ ਬੋਲੇ ਘੜੀ ਘੜੀ ਤੂੰ ਦਿਲ ਦੀ ਜਾਨੀ ਏ ਬੋਲੇ ਸਾਰੀ ਦੁਨੀਆ ਨੇ ਤੂੰ ਮੈਥੋਂ ਚਾਹੀ ਏ ਆਜਾ ਨੀ ਬੈਜਾ ਸਾਈਕਲ ਤੇ ਆਜਾ ਨੀ ਬੈਜਾ ਸਾਈਕਲ ਤੇ ਦੇਖ ਠਰਕੀ ਪਾਈ ਸੀ ਠਰਕੀਆਂ ਵਾਲਾ ਇਹਨੇ ਗਾਣਾ ਸੁਣਾਉਣਾ ਸੀ ਚਲੋ ਵਧੀਆ ਹੋ ਗਿਆ ਜੀ ਨਾਜ਼ਰੀਨ ਆਪ ਵਕਤ ਹੋ ਗਿਆ ਛੁੱਟੀ ਜੀ ਬ੍ਰੇਕ ਦਾ ਤੁਸੀਂ ਕਿਤੇ ਨਹੀਂ ਜਾਣਾ ਇੱਥੇ ਹੀ ਰਹੀਓ ਤੁਹਾਡੀ ਬਾਂਦਰੀ ਨੂੰ ਲੱਛਾ ਲੈ ਕੇ ਆਏ ਹਾਂ ਉਹਨੂੰ ਕੌਣ ਭੁੱਖ ਲੱਗੀ ਆ ਉਹ ਦੇਖੋ ਅੱਛਾ ਉਹ ਭਾਈ ਇਹ ਬਾਂਦਰ ਪੈਂਦਾ ਵਾ ਤੂੰ ਮੇਰੇ ਝਾਟੇ ਪਟਵਾਣੇ ਬੰਦ ਵਾਵਾ ਤੁਹਾਡਾ ਸਸਤੀ ਚਚੁੰਦਰ ਵਰਗਾ ਹਾਰ ਗਏ ਇੰਨੀ ਜਲਦੀ
ਪਿੱਛੇ ਪਿੱਛੇ ਰਹੀ ਹੋਏ ਨਾ ਮੈਂ ਕੈਮਰੇ ਜਾ ਕੇ ਸਿੱਧਾ ਵੱਜਾਂ ਮਾਸ਼ਾਅੱਲਾ ਅੱਗੇ ਹੀ ਮੇਰਾ ਨੱਕ ਹੈਗਾ ਮਾਸ਼ਾਅੱਲਾ ਹੋਰ ਨਾ ਫੈਲ ਜਾਵੇ ਅਤੇ ਅਸੀਂ ਚੱਲਦੇ ਹਾਂ ਆਵਾਮ ਵੱਲ ਲੋਕਾਂ ਵੱਲ ਸਵਾਲ ਕਰਦੇ ਹਾਂ ਅਤੇ ਉਹਨਾਂ ਕੋ ਕੁਛ ਹੋਰ ਵੀ ਜ਼ਿੰਦਗੀ ਦੇ ਬਾਰੇ 'ਚ ਵੀ ਪੁੱਛਾਂਗੇ ਗੱਲਾਂ ਕਰਾਂਗੇ ਚੇਜ਼ਾ ਕਰਾਂਗੇ ਚਲੋ ਚੱਲੀਏ ਸ਼ੁਕਰ ਆ ਅੱਜ ਮੈਨੂੰ ਵੀ ਕੁਛ ਖਾਣ ਨੂੰ ਪੁੱਛਿਆ ਨਹੀਂ ਤਾਂ ਫਿਰ ਢਿੱਡੋ ਹੀ ਸੀ ਭੁੱਖ ਲੱਗੀ ਸੀ ਢਿੱਡੋ ਹੀ ਸੀ ਫਿਰ ਤੁਸੀਂ ਹਾਏ ਅੱਜ ਮੌਸਮ ਚੰਗਾ ਵਾ ਅਤੇ ਅੱਜ ਮੇਰੀ ਟੀਮ ਵੀ ਚੰਗੀ ਬਣੀ ਹੋਈ ਆ ਉਹਨਾਂ ਨੇ ਦੇਖੋ ਮੈਨੂੰ ਲੱਛਾ ਲੈ ਕੇ ਦਿੱਤਾ ਅਤੇ ਆਪਾਂ ਹੁਣ ਲੋਕਾਂ ਵੱਲ ਚੱਲਦੇ ਹਾਂ ਦੇਖਦੇ ਕਿਹੜੀ ਕਿਹੜੀ ਆਈਟਮ ਆਈ ਹੋਈ ਆ ਮਾਰਕੀਟ 'ਚ ਅੱਜ ਅਤੇ ਓਏ ਅਸਤਗਫਿਰੁੱਲਾ ਇੱਕ ਹੋਰ ਰੰਗ ਨਾ ਜਿਹੜੀਆਂ ਇੱਥੇ ਦੋ ਦੋ ਬਾਂਦਰੀਆਂ ਪਰ ਆਪਾਂ ਇੱਕੋ ਨਾਲ ਗੱਲ ਕਰਾਂਗੇ ਠੀਕ ਇੱਕੋ ਨਾਲ ਗੱਲ ਕਰਾਂਗੇ ਆਪਾਂ ਇੱਕੋ ਨੂੰ ਓਏ ਪਾਇਨ ਕਿੱਥੇ ਲੈ ਕੇ ਚੱਲੇ ਹਾਂ ਆਪਣੀ ਨਹੀਂ ਕੀਤੀ ਤੁਹਾਡੀ ਬਾਂਦਰੀ ਨੂੰ ਲੱਛਾ ਲੈ ਕੇ ਆਏ ਹਾਂ ਉਹਨੂੰ ਕੌਣ ਭੁੱਖ ਲੱਗੀ ਆ ਉਹ ਦੇਖੋ ਅੱਛਾ ਉਹ ਭਾਈ ਇਹ ਬਾਂਦਰ ਪੈਂਦਾ ਵਾ ਤੂੰ ਮੇਰੇ ਝਾਟੇ ਪਟਵਾਲੇ ਬੰਦ ਕਰ ਨਾਜ਼ਰੀਨ ਇੱਕ ਬਾਂਦਰੀ ਤੇ ਇਸ ਟਾਈਮ ਗੁੱਸੇ 'ਚ ਆ ਠੀਕ ਆ ਅਤੇ ਦੂਜੀ ਨੇ ਰਸ਼ ਪਾਇਆ ਵਾ ਅਤੇ ਆਪਾਂ ਚੱਲਦੇ ਹਾਂ ਲੋਕਾਂ ਵੱਲ ਅਤੇ ਹੁਣ ਜਿਹੜਾ ਸਵਾਲ ਦਾ ਜਵਾਬ ਦੇਗਾ ਉਹਨੂੰ ਆਪਾਂ ਦੇਵਾਂਗੇ ਲੱਛਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਕਰਨ ਆਏ ਤੁਸੀਂ ਇੱਥੇ ਬਸ ਵੈਸੇ ਇੰਜੋਏ ਮੌਸਮ ਅੱਛਾ ਤਾਂ ਅੱਜ ਹਮ ਲਗਾ ਥੋੜ੍ਹਾ ਸਾਨੂੰ ਜੀ ਇੰਜੋਏ ਕਰਦੀ ਹਾਂ ਠੀਕ ਕਰ ਰਹੀ ਹਾਂ ਬਾਰਾਂ ਤੇਰਾਂ ਸਾਲਾਂ ਦੀ ਕਹਿੰਦੀ ਮੇਰਾ ਵਿਆਹ ਹੋਇਆ ਵਾ ਹਾਂਜੀ ਦੰਦਾਂ ਨੂੰ ਕੀ ਹੋਇਆ ਵਾ ਕੁਛ ਨਹੀਂ ਇੱਧਰ ਦੇਖ ਲੋ ਕੈਮਰੇ ਨੂੰ ਵੀ ਦਿਖਾਉਣਾ ਵਾ ਕਿੰਨੀ ਚੇਰ ਹੋ ਗਈ ਤੁਹਾਡੇ ਵਿਆਹ ਨੂੰ ਅਭੀ 4 ਮੰਥਸ ਹੋਇਆ 5 ਮੰਥਸ ਹੋਇਆ ਨਵਾਂ ਨਵਾਂ ਵਿਆਹ ਅਤੇ ਨਵਾਂ ਨਵਾਂ ਚਾਹ ਬੰਦਾ ਨਹੀਂ ਆਇਆ ਨਾਲ ਨਹੀਂ ਕੰਮ ਥਾ ਮੈਨੇ ਕਿਹਾ ਮਗਰੋਂ ਲੱਥ ਕੱਲੀ ਜਾ ਅਤੇ ਜਾਣ ਕਿਉਂ ਛੁੜਾਉਂਦੇ ਪਤਾ ਨਹੀਂ ਇੰਨੀ ਛੋਟੀ ਉਮਰ 'ਚ ਵਿਆਹ ਕਿਉਂ ਕਰਾਇਆ ਬਸ ਵੈਸੇ ਮੰਮਾ ਨੇ ਕਿਹਾ ਬੜੀ ਹੋ ਗਈ ਆ ਬਸ ਸ਼ਾਦੀ ਹੋ ਜਾਣੀ ਚਾਹੀਦਾ ਲੱਗਦਾ ਸੀ ਹੋ ਗਈ ਵੱਡੀ ਨਹੀਂ ਸੂਲੀ 'ਤੇ ਟੰਗਿਆ ਹੋਣਾ ਘਰ ਵਾਲਿਆਂ ਨੂੰ ਇੰਨੀ ਜਲਦੀ ਵਿਆਹ ਹੁੰਦਾ ਪਸੰਦ ਆ ਗਿਆ ਥਾ ਜਵਾਬ ਦੇਣਾ ਤੁਸੀਂ ਦੱਸਣਾ ਵਾ ਕਿਹੜੀ ਸ਼ੈ ਵਾ ਜਿਹੜੀ ਕੁੜੀਆਂ ਖਾਂਦੀਆਂ ਵੀ ਆ ਤੇ ਪਾਉਂਦੀਆਂ ਵੀ ਆ ਖਾਤੀ ਵੀ ਔਰ ਪਹਿਨਦੀ ਵੀ ਆ ਬਿਲਕੁਲ ਅਭੀ ਤੋਂ ਬਹੁਤ ਲੰਬੇ ਤੱਕ ਕਟਵਾ ਦੀਆਂ ਮੈਨੇ ਚਲੋ ਦੱਸੋ ਪਤਾ ਨਹੀਂ ਮੈਂ ਹਾਰ ਗਈ ਹਾਰ ਗਈ ਵਾਵਾ ਤੁਹਾਡਾ ਸਸਤੀ ਚਚੁੰਦਰ ਵਰਗਾ ਹਾਰ ਗਏ ਇੰਨੀ ਜਲਦੀ ਇੱਕ ਹੋਰ ਸਵਾਲ ਦੇਖੋ ਜੁਗਤ ਪੈਣੀ ਜਵਾਬ ਆਉਣਾ ਹੈ ਤੁਸੀਂ ਮੈਨੂੰ ਦੱਸਣਾ ਵਾ ਕਿ ਦੱਸਣਾ ਕਿਹਦੀ ਸ਼ੈ ਵਾ ਜਿਹੜੀ ਅਸੀਂ ਫਰਿੱਜ ਦੇ ਵਿੱਚ ਵੀ ਰੱਖਦੀ ਹੈ ਗਰਮ ਰਹਿੰਦੀ ਫਰਿੱਜ ਮੈਂ ਵੀ ਰੱਖਦੇ ਹਾਂ ਤਾਂ ਗਰਮ ਰਹਿੰਦੀ ਅੰਡੇ ਹੀ ਹੋ ਸਕਦੀ ਹੈ ਨਹੀਂ ਇਨਸਾਨ ਹਾਂ ਕਿਹੜਾ ਫਰਿੱਜ 'ਚ ਰੱਖੀਏ ਤਾਂ ਗਰਮ ਹੀ ਰਹਿੰਦਾ ਵਾ ਆਪਣਾ ਬੰਦਾ ਫਰਿੱਜ 'ਤੇ ਨਹੀਂ ਰੱਖ ਦਿੰਦੇ ਨਾਲ ਹੀ ਨਹੀਂ ਆਇਆ ਨਹੀਂ ਨਹੀਂ ਗਾ ਹੁੰਦਾ ਨਹੀਂ ਪਤਾ ਹਾਰ ਹਾਰ ਗਏ ਚਲੋ ਕੋ ਸੁਣਾਉਣਾ ਚਾਹੁੰਦੇ ਕੋਈ ਗਾਣਾ ਆਉਂਦਾ ਆਤਾ ਹੈ ਬੰਦੇ ਦੇ ਨਾਮ ਹਾਂ ਕੁਛ ਨਹੀਂ ਮੇਰਾ ਪਿਆਰ ਹੀ ਨਹੀਂ ਹੈਗਾ ਜੀ ਕਹਿੰਦੀ ਜੋ ਮਗਰੋਂ ਲੱਥਿਆ ਲੱਥਿਆ ਰਵੇ ਸ਼ੇਰ ਆਉਂਦਾ ਹੋਵੇ ਕਾਂਟੋ ਮੈਂ ਰਹਿਤੀ ਹੂੰ ਕਾਂਟੋ ਮੈਂ ਸੋਤੀ ਹੂੰ ਜਬ ਤੇਰੀ ਯਾਦ ਆਤੀ ਹੈ ਜੀ ਭਰ ਕੇ ਰੋਤੀ ਵਧੀਆ ਹੋ ਗਿਆ ਚੱਲ ਆਪਾਂ ਨਾ ਵੇਚਦੇ ਹਾਂ ਕੰਮ ਸ਼ਾਮ ਹੁੰਦੇ ਰਹਿੰਦੇ ਆ ਥੋੜ੍ਹੀ ਆਪਾਂ ਕਮਾਈ ਵੀ ਕਰ ਲਈਏ ਹੈ ਯਾਰ ਰੇਟ ਕੀ ਹੈ ਵੈਸੇ ਉਹ ਐਡੀ ਮਹਿੰਗੀ 6.5 ਬੁੱਢੀਆਂ ਕੰਜੂਸ ਹੁੰਦੀਆਂ ਬ੍ਰਾਂਡ ਦੀ ਹੈਗੀ ਨਾ ਪਤਾ ਬੁੱਢੀਆਂ ਬੜੀਆਂ ਕੰਜੂਸ ਹੁੰਦੀਆਂ ਇਹ ਕਿਹੜਾ ਬ੍ਰਾਂਡ ਆ ਲੰਡਨ ਬ੍ਰਾਂਡ ਆ ਨਹੀਂ ਹੈ ਰੀਅਲ ਬ੍ਰਾਂਡ ਹੈ ਕਿਹੜਾ ਨਾਮ ਵੀ ਤੇ ਹੋਣਾ ਵਾ ਇਹ ਸ਼ੋਪ ਬ੍ਰਾਂਡ ਹੈ ਸ਼ੋਪ ਸ਼ੋਪ ਪਰ ਜੋ ਡਿਮੀ ਪਰ ਵਗੈਰਾ ਪੇ ਨਹੀਂ ਲੱਗਦੇ ਮਰੇ ਅੰਗਰੇਜ਼ ਆਦੀਆਂ ਪਾਉਂਦੇ ਆ ਨਹੀਂ ਅੰਗਰੇਜ਼ ਦਾ ਨਹੀਂ ਹੁੰਦੀ ਇਹ ਆਪਣਾ ਬ੍ਰਾਂਡ ਹੁੰਦਾ ਹੈ ਚੱਲ ਤੋ ਆਵਾਜ਼ ਆ ਲਾ
तू अबीरा अबीरा दी आवाज काट के ना वादा ला तू छोले लाए ने जरा वादा ला पागल इंज नहीं तेन मैं तरीका दस दी हां ठहर तेन मैं तरीका दस दी किंज वेची दी हां इंज नहीं वेखदियां है आ हुन मैं तेन तरीका दसा तू इंज करना आ बुढ़िया आंदियां तू सामने खलोई जाना इंज शर्ट ला कॉफी ला इंज खरीदा हुंदा पागला सामने पीस दिखाई दे आ ओ शर्ट ओना नहीं लेना मुझे तो पता है मैं तो आपको सिखा ओ फिकियां सी उन्होंने किथे शर्ट आ उन्होंने पता ही नहीं आ लंदन ब्रांड की है जड़ी आएगी ना कोई कुड़ी जिने पैंट शर्ट पाई होवे तो अगे इंज तो मैं नंगा नहीं देना शर्ट लेके जाओ तेरे मैं तरीका दस यार नहीं मैनू मुंह नहीं लांदियां कुड़ियां मैनू मुंह नहीं लांदियां मुंडिया नु वेचदे आपा मुंडिया नु वेचदे आ कुड़िया नी मुंह लांदियां तो सारा नगाता पीरा आ चल चल देख मैं तन दस आ देख इंज करदे हुंदे इन्हां नु दिखांदे उहने पाई है निक्की ओए पैन वास्ते ला ला शर्ट नहीं ओ गिफ्ट कर दे क्यों पैन ना प्यार नहीं है प्यार है ते फिर गिफ्ट कर दे मैं कहंदी सस्ती है ओ टेक वी जा ਲਿਬਰਟੀ ਪਿੱਛੇ ਬੈਗ ਜਾਣਾ ਵਾ ਵੀ ਲੈ ਲਾ ਚਲੇ ਲੈ ਲਈ ਹੈ ਵੀ ਮੇਰੇ ਵਾਸਤੇ ਲੈ ਲਾ ਇਹਨਾਂ ਨੇ ਵੀ ਲੈ ਲਈ ਇਹਨਾਂ ਨੇ ਪਿਆਰ ਪਿਆਰ ਹੈ ਚਲੋ ਆਪਾਂ ਅੱਗੇ ਦੇਖਦੇ ਆ ਤੁਸੀਂ ਲੈ ਲਓ ਨੋ ਲੈ ਲਿਆ ਹਮਨੇ ਆਪਣੇ ਵਾਸਤੇ ਲੈ ਲਓ ਲੈ ਲਿਆ ਹਮਨੇ ਆਲ ਸਟਾਈਲਿਸ਼ ਬੁੱਢੀ ਨਾ ਹੋਵੇ ਬੰਦੇ ਭੱਜ ਜਾਂਦੇ ਆ ਹਮਨੇ ਆਲਰੇਡੀ ਸ਼ਾਪਿੰਗ ਕਰ ਲਈ ਹੈ ਤੁਸੀਂ ਪੈਂਟ ਸ਼ਰਟ ਪਾਓ ਮੈਂ ਕਹਿੰਦੀ ਬੇਟਾ ਤੂੰ ਨਾ ਕੇ ਆਂਦਾਣਾ ਤੇ ਵਿਕ ਜਾਣਾ ਸੀ ਮਾਲ ਤੂੰ ਤੂੰ ਮਨੁਸੀਅਤ ਪਾਈ ਆ ਤੇਰੀ ਵਜ੍ਹਾ ਤੋਂ ਨਹੀਂ ਵਿਕਣਾ ਅੱਜ ਮਾਲ ਸੀ ਵੀ ਤਾਂ ਨਾ ਕੀ ਹੈ ਹਾਂ ਪਰ ਤੇਰੀ ਵਜ੍ਹਾ ਤੋਂ ਨਹੀਂ ਵਿਕੀ ਬੇਟਾ ਤੇਰੀਆਂ ਖੁਸ਼ਬੂਆਂ ਐਡੀਆਂ ਫੈਲੀਆਂ ਵਾ ਲੋਕ ਆਂਦੇ ਹੀ ਨਹੀਂ ਆ ਤਿਆਰ ਸ਼ਿਆਰ ਹੋ ਕੇ ਆਏ ਤੁਹਾਡੇ ਕੋ ਕਿਉਂ ਨਹੀਂ ਫੈਲੀ ਤੀਵਾ ਇਹ ਤੂੰ ਪਨੋਤੀ ਆ ਲੈ ਤੂੰ ਹੀ ਪਨੋਤੀ ਆ ਜੀ ਨਾਜ਼ਰੀਨ ਮੈਂ ਅੱਜ ਲਿਬਰਟੀ ਮਾਰਕੀਟ ਆਈ ਸੀ ਆ ਕੇ ਮੈਂ ਇੱਥੇ ਸਵਾਲ ਕੀਤੇ ਸਵਾਲ ਮੇਰੇ ਕੀ ਸੀ ਮੇਰਾ ਸਵਾਲ ਪਹਿਲਾ ਸੀ ਕਿ ਉਹ ਕਿਹੜੀ ਸ਼ੈ ਵਾ ਜਿਹੜੀ ਅਸੀਂ ਫਰਿੱਜ ਵਿੱਚ ਵੀ ਰੱਖ ਦਈਏ ਤੇ ਠੰਡੀ ਨਹੀਂ ਹੁੰਦੀ ਉਹ ਵਾ ਗਰਮ ਮਸਾਲਾ ਤੇ ਨਾਜ਼ਰੀਨ ਮੇਰਾ ਦੂਸਰਾ ਸਵਾਲ ਇਹ ਸੀ ਕਿ ਉਹ ਕਿਹੜਾ ਜਾਨਵਰ ਆ ਜਿਹੜੀ ਦੁੰਮ ਨਹੀਂ ਹੁੰਦੀ ਜਿਹੜੇ ਤੇ ਬਾਲ ਨਹੀਂ ਹੁੰਦੇ ਉਹ ਵਾ ਡੱਡੂ ਤੇ ਨਾਜ਼ਰੀਨ ਮੇਰਾ ਤੀਸਰਾ ਸਵਾਲ ਇਹ ਸੀ ਕਿ ਉਹ ਕਿਹਦੀ ਸ਼ੈ ਵਾ ਉਹ ਕਿਹੜੀ ਐਸੀ ਸ਼ੈ ਵਾ ਜਿਹੜੀ ਕੁੜੀ ਖਾ ਵੀ ਸਕਦੀ ਆ ਅਤੇ ਪਾ ਵੀ ਸਕਦੀ ਆ ਉਹ ਵਾ ਲੌਂਗ ਲੌਂਗ ਖਾ ਵੀ ਸਕਦੇ ਆ ਅਤੇ ਪਾ ਵੀ ਸਕਦੇ ਆ ਅਤੇ ਨਾਲ ਹੀ ਪ੍ਰੋਗਰਾਮ ਦਾ ਵਕਤ ਖਤਮ ਹੁੰਦਾ ਅਤੇ ਤੁਸੀਂ ਆਪਣੀ ਸੋਹਣੀ ਜਿਹੀ ਵੀਰਾਂ ਨੂੰ ਇਜਾਜ਼ਤ ਦੇ ਦਿਓ ਫਟਾਫਟ ਅਤੇ ਹੁਣ ਮੈਂ ਚੱਲੀ ਹਾਂ ਜਲਦੀ ਮੁਲਾਕਾਤ ਹੋਏਗੀ ਤੁਹਾਡੇ ਨਾਲ ਨਵੀਂ ਜਗ੍ਹਾ 'ਤੇ ਨਵੇਂ ਸਵਾਲਾਂ ਨਾਲ ਨਵੇਂ ਲੋਕਾਂ ਨਾਲ ਨਵੀਆਂ ਜੁਗਤਾਂ ਨਾਲ ਅੱਲਾ ਹਾਫਿਜ਼।